ਜੀ ਸਤਿ ਸ਼੍ਰੀ ਅਕਾਲ ਕਿੱਦਾਂ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਵਾਸਤੇ ਨੈਕਸਟ ਸੂਟ ਦੀ ਵੀਡੀਓ ਲੈ ਕੇ ਆ ਜਰਾ ਜਿਹਦੇ ਵਿੱਚ ਪਾਰਟੀ ਵੀਅਰ ਸੈਮੀ ਫੋਰਮਲ ਹੈ ਨਾ ਸਾਰੇ ਸੂਟ ਦਿਖਾਵਾਂਗੇ ਅਤੇ ਨਵੀਂ ਕਲੈਕਸ਼ਨ ਹੈ ਅਤੇ ਦੇਖ ਕੇ ਜ਼ਰੂਰ ਦੱਸਿਆ ਕਰੋ ਸੂਟ ਕਿੱਦਾਂ ਦੇ ਲੱਗੇ ਆ ਅਤੇ ਕਲੈਕਸ਼ਨ ਕਿੱਦਾਂ ਦੀ ਆ ਕਲਰ ਕੋਂਬੀਨੇਸ਼ਨ ਕਿੱਦਾਂ ਦਾ ਅਤੇ ਸਾਡੇ ਸੂਟਾਂ ਨੂੰ ਆਰਡਰ ਕਰਨ ਲਈ ਨੰਬਰ ਹੈਗਾ 9476729331 ਇਸ ਨੰਬਰ 'ਤੇ ਮੈਸੇਜ ਕਰਕੇ ਤੁਸੀਂ ਪ੍ਰਾਈਜ਼ ਲੈ ਸਕਦੇ ਹੋ ਦੈਨ ਆਰਡਰ ਕਰ ਸਕਦੇ ਹੋ ਜੀ ਠੀਕ ਹੈ ਸਕਰੀਨਸ਼ਾਟ ਭੇਜ ਕੇ ਹੀ ਪ੍ਰਾਈਸ ਲਿਆ ਕਰੋ ਹਾਂਜੀ ਆਓ ਦੇਖੀਏ ਨਵੀਂ ਕਲੈਕਸ਼ਨ ਫਿਰ ਸਭ ਤੋਂ ਪਹਿਲਾਂ ਦਿਖਾਉਣ ਲੱਗਿਆ ਬਹੁਤ ਹੀ ਪਿਆਰਾ ਕਲਰ ਬਹੁਤ ਸੋਹਣਾ ਕਲਰ ਹੈ ਰੋਜ਼ ਪਿੰਕ ਹੀ ਕਲਰ ਹੈ ਇਹ ਠੀਕ ਹੈ ਜੀ ਟਿਸ਼ੂ 'ਤੇ ਬਣਿਆ ਹੋਇਆ ਸੂਟ ਸਾਰਾ ਬਹੁਤ ਸੋਹਣਾ ਟਿਸ਼ੂ 'ਤੇ ਬਣਿਆ ਇਹਦਾ ਨੈਕ ਬਣਾਇਆ ਅਸੀਂ ਕਲੀਆਂ ਨੇਗੀਆਂ ਠੀਕ ਹੈ ਜੀ ਘੇਰਾ ਘੇਰੇ 'ਤੇ ਪਰਲ ਲੇਸ ਇਹਨੂੰ ਕਲਰ ਕੋਂਬੀਨੇਸ਼ਨ ਦਿੱਤਾ ਔਰੇਂਜ ਐਂਡ ਸੀ ਗ੍ਰੀਨ ਅਤੇ ਸਲੀਵਸ ਇਹਦੀਆਂ ਬਹੁਤ ਪਿਆਰੀਆਂ ਬਣੀਆਂ ਹੋਈਆਂ ਨੇਗੀਆਂ ਇਹ ਸਲੀਵਸ ਬਣੀਆਂ ਹੋਈਆਂ ਨੇਗੀਆਂ ਬਹੁਤ ਸੋਹਣੀਆਂ ਡਿਫਰੈਂਟ ਸਟਾਈਲ ਦੀਆਂ ਬਹੁਤ ਸੋਹਣਾ ਲੱਗ ਰਿਹਾ ਲੁੱਕ ਕਲਰ ਵਾਈਜ਼ ਬਹੁਤ ਪਿਆਰਾ ਬਣਿਆ ਹੋਇਆ ਹੈਗਾ ਠੀਕ ਹੈ ਪਿੰਕੀ ਜਿਹਾ ਕਲਰ ਹੈ ਬਹੁਤ ਸੋਹਣਾ ਅਤੇ ਨਾਲ ਸਟੇਟ ਸਲਵਾਰ 'ਤੇ ਵਰਕ ਕੀਤਾ ਪਾਕਿਸਤਾਨੀ ਸਲਵਾਰ 'ਤੇ ਬਹੁਤ ਪਿਆਰਾ ਵਰਕ ਹੋਇਆ ਹੋਇਆ ਦੇਖੋ ਕੰਮ ਦੇਖੋ ਸਾਰਾ ਨੋਟ ਵਰਕ ਕੀਤਾ ਹੋਇਆ ਸਾਰਾ ਕੰਮ ਪੂਰਾ ਬਹੁਤ ਵਧੀਆ ਫਿਨਿਸ਼ਿੰਗ ਨਾਲ ਹੋਇਆ ਪਿਆ ਹੈਗਾ ਠੀਕ ਹੈ ਤੁਸੀਂ ਆਪ ਹੀ ਦੇਖ ਸਕਦੇ ਹੋ ਲੁੱਕ ਨੂੰ ਠੀਕ ਹੈ ਜੀ ਟਿਸ਼ੂ 'ਤੇ ਬਣਿਆ ਹੋਇਆ ਹੈਗਾ ਐਂਡ ਇਹਦੇ ਨਾਲ ਅਸੀਂ ਦੁਪੱਟਾ ਰੈਡੀ ਕੀਤਾ ਪਿਓਰ ਟਿਸ਼ੂ ਦਾ ਪਿਓਰ ਟਿਸ਼ੂ ਦਾ ਦੁਪੱਟਾ ਬਹੁਤ ਸੋਹਣਾ ਲੱਗ ਰਿਹਾ ਬਹੁਤ ਪਿਆਰਾ ਕਲਰ ਕੋਂਬੀਨੇਸ਼ਨ ਨਾਲ ਅਸੀਂ ਠੀਕ ਹੈ ਜੀ ਪੱਲਿਆਂ 'ਤੇ ਲੇਸਿਸ ਲਾ ਕੇ ਪੱਲਿਆਂ 'ਤੇ ਹੀ ਲੇਸ ਹੈ ਇਹ ਵਾਲੀ ਠੀਕ ਹੈ ਜੀ ਪੱਲਿਆਂ 'ਤੇ ਲੇਸਿਸ ਲਾ ਕੇ ਬਹੁਤ ਸੋਹਣੀ ਲੁੱਕ ਆ ਰਹੀ ਹੈ ਜੀ ਠੀਕ ਹੈ ਪਿਓਰ ਟਿਸ਼ੂ ਦਾ ਦੁਪੱਟਾ ਜਿਹਦੀ ਡਿਫਰੈਂਟ ਹੀ ਗ੍ਰੇਸ ਹੁੰਦੀ ਹੈਗੀ ਇਹਦੇ ਨਾਲ ਇਹ ਸੂਟ ਹੈ ਪ੍ਰੋਪਰ ਸਾਰਾ ਬਹੁਤ ਪਿਆਰਾ ਸੂਟ ਬਣਿਆ ਤੁਸੀਂ ਔਰਡਰ 'ਤੇ ਇਹ ਸਾਡੇ ਤੋਂ ਰੈਡੀ ਕਰਾ ਸਕਦੇ ਹੋ ਐਨੀ ਕਲਰ ਕੋਂਬੀਨੇਸ਼ਨ 'ਚ ਪਰ ਜਿਹੜਾ ਐਜ਼ ਇਟ ਇਜ਼ ਬਣਿਆ ਕਈ ਵਾਰ ਆਪਾਂ ਦੇਖ ਲੈਂਦੇ ਹਾਂ ਹੈ ਨਾ ਬਹੁਤ ਸੋਹਣਾ ਲੱਗਦਾ ਲੁੱਕ ਵਧੀਆ ਆਉਂਦੀ ਹੈ ਜਿਵੇਂ ਸਾਨੂੰ ਇਹਦਾ ਵੀ ਕਲਰ ਕੋਂਬੀਨੇਸ਼ਨ ਸੋਹਣਾ ਬਣਾਈਏ ਹੈ ਨਾ ਠੀਕ ਹੈ ਉਹਦੇ ਅਕੋਰਡਿੰਗ ਹੀ ਕਲਰ ਕੋਂਬੀਨੇਸ਼ਨ ਬਣਾਇਆ ਅਸੀਂ ਅਤੇ ਬਹੁਤ ਪਿਆਰੀ ਲੁੱਕ ਹੈ ਠੀਕ ਹੈ ਜੀ ਔਨ ਆਰਡਰ 'ਤੇ ਤੁਸੀਂ ਇਹ ਸਾਡੇ ਤੋਂ ਰੈਡੀ ਕਰਾ ਸਕਦੇ ਹੋ ਐਨੀ ਕਲਰ 'ਚ ਬਣਾ ਸਕਦੇ ਹੋ ਸੇਮ ਕਲਰ 'ਚ ਵੀ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਘੇਰੇ 'ਤੇ ਉਹ ਕਿ ਦੇਖੋ ਬਹੁਤ ਪਿਆਰਾ ਸੋਹਣਾ ਜਨੀਕ 'ਚ ਕੰਮ ਹੈਗਾ ਕਲੀਆਂ ਨੇ ਸਲਵਾਰ 'ਤੇ ਵਰਕ ਹੈ ਜੀ ਅੱਜ ਕੱਲ੍ਹ ਸਲਵਾਰ 'ਤੇ ਵਰਕ ਦਾ ਟਾਈਮ ਬਹੁਤ ਸੋਹਣਾ ਬਹੁਤ ਜ਼ਿਆਦਾ ਆ ਤਾਂ ਸਾਰੇ ਹੀ ਕਸਟਮਰ ਮੰਗਦੇ ਆ ਸਲਵਾਰ 'ਤੇ ਵਰਕ ਹੋਵੇ ਹੈ ਨਾ ਤਾਂ ਉਹਦੇ ਨਾਲ ਲੁੱਕ ਗ੍ਰੇਸ ਵਧੀਆ ਹੁੰਦੀ ਸਲੀਵਸ ਹੈਵੀ ਨੇ ਪਿਓਰ ਟਿਸ਼ੂ ਦਾ ਦੁਪੱਟਾ ਆ ਠੀਕ ਹੈ ਜੀ ਅਤੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਤੁਸੀਂ ਔਰਡਰ ਕਰਕੇ ਸਾਡੇ ਤੋਂ ਇਹ ਰੈਡੀ ਕਰਾ ਸਕਦੇ ਹੋ ਠੀਕ ਹੈ ਜੀ ਸੈਕਿੰਡ ਸੂਟ ਹੈਗਾ ਇਹ ਬਹੁਤ ਪਿਆਰਾ ਕਲਰ ਬਹੁਤ ਹੀ ਸਕਿਨੀ ਜਿਹਾ ਬੇਸ ਹੈ ਠੀਕ ਹੈ ਜੀ ਬਹੁਤ ਸੋਹਣਾ ਇਹਦਾ ਕਲਰ ਹੈ ਕਲਰ ਬਹੁਤ ਪਿਆਰਾ ਆ ਤੁਸੀਂ ਐਨੀ ਮਤਲਬ ਕਿਸੇ ਵੀ ਫੰਕਸ਼ਨ 'ਤੇ ਇਹਨੂੰ ਵੇਅਰ ਕਰ ਸਕਦੇ ਹੋਗੇ ਇਹਦੇ ਵਿੱਚ ਕਲੀਆਂ 'ਚ ਵਰਕ ਦਿੱਤਾ ਅਸੀਂ ਘੇਰੇ 'ਤੇ ਕਲਰਫੁੱਲ ਬਣਿਆ ਹੈ ਬਹੁਤ ਸੋਹਣਾ ਕਲਰਫੁੱਲ ਦਬਕਾ ਲਗਾ ਕੇ ਸਿਤਾਰਾ ਲਗਾ ਕੇ ਬਣਾਇਆ ਹੈ ਕੰਮ ਹੈ ਬਹੁਤ ਪਿਆਰਾ ਲੱਗ ਰਿਹਾ ਲੁੱਕ ਬਹੁਤ ਸੋਹਣੀ ਹੈ ਇਹਦੀ ਸਲੀਵਸ 'ਤੇ ਵੀ ਸੇਮ ਕੰਮ ਹੈ ਜਿਹੜਾ ਇਹਦੇ ਕਲਰ ਕੋਂਬੀਨੇਸ਼ਨ ਨੇ ਉਹ ਇੰਨੇ ਜ਼ਿਆਦਾ ਸੋਹਣੇ ਲੱਗ ਰਹੇ ਨੇ ਬਣੇ ਹੋਏ ਬਹੁਤ ਹੀ ਪਿਆਰੀ ਲੁੱਕ ਆ ਰਹੀ ਹੈਗੀ ਠੀਕ ਹੈ ਜੀ ਲੇਸ ਕਲੀਆਂ ਨੇਗੀਆਂ ਇਹਦੇ ਵਿੱਚ ਅਤੇ ਚੰਪਾ ਲੇਸ ਲਾ ਕੇ ਅਸੀਂ ਇਹਨੂੰ ਫਿਨਿਸ਼ ਕੀਤਾ ਆ ਅਤੇ ਐਨ ਸਲਵਾਰ 'ਤੇ ਕੰਮ ਹੈ ਹਲਕਾ ਜਿਹਾ ਬਰੀਕ ਐਂਡ ਇਹਦਾ ਦੁਪੱਟਾ ਥੋੜ੍ਹਾ ਜਿਹਾ ਅਸੀਂ ਹੈਵੀ ਰੱਖਿਆ ਆ ਬਹੁਤ ਪਿਆਰੀ ਲੁੱਕ ਹੈ ਇਹਦੀ ਦੁਪੱਟੇ ਦੀ ਕਿਉਂਕਿ ਦੁਪੱਟੇ ਅਤੇ ਕਲਰ ਕੋਂਬੀਨੇਸ਼ਨ ਬਹੁਤ ਸਾਰੇ ਹੋ ਉੱਭਰ ਕੇ ਆ ਰਹੇ ਨੇਗੇ ਸਾਰੇ ਦੇਖੋ ਦੁਪੱਟਾ ਬਹੁਤ ਸੋਹਣਾ ਵਿੱਚ ਕਲੀਆਂ ਵੀ ਦਿੱਤੀਆਂ ਨੇ ਅਸੀਂ ਠੀਕ ਹੈ ਜੀ ਦੁਪੱਟੇ ਦੇ ਸਾਰੇ ਦੇ ਵਿੱਚ ਕਲੀਆਂ ਨੇ ਬਹੁਤ ਹੈਵੀ ਸੋਹਣਾ ਦੁਪੱਟਾ ਵੈਸੇ ਲਾਈਟ ਵੇਟ ਹੈ ਚੱਕਣ 'ਚ ਲੁੱਕ ਇਹਦੀ ਬਹੁਤ ਹੈਵੀ ਆ ਫੋਰ ਸਾਈਡ ਬਾਰਡਰ ਬਣਾਇਆ ਅਸੀਂ ਬਹੁਤ ਪਿਆਰੀ ਲੁੱਕ ਹੈ ਇਸਦੀ ਬਹੁਤ ਸੋਹਣਾ ਲੱਗ ਰਿਹਾ ਹੈਗਾ ਬਣਿਆ ਹੋਇਆ ਦੇਖੋ ਦੁਪੱਟੇ ਨਾਲ ਹੀ ਗ੍ਰੇਸ ਹੈ ਸੂਟ ਦੀ ਹੈ ਨਾ ਤਾਂ ਬਹੁਤ ਪਿਆਰੀ ਲੁੱਕ ਹੈ ਆਲ ਓਵਰ ਲੁੱਕ ਦਿਖਾ ਦਿਓ ਕਲਰ ਵੀ ਬਹੁਤ ਸੋਹਣਾ ਤੁਸੀਂ ਸਾਡੇ ਤੋਂ ਇਹ ਰੈਡੀ ਕਰਾ ਸਕਦੇ ਸੇਮ ਕਲਰ 'ਚ ਕਰਾਉਂਗੇ ਬਹੁਤ ਸੋਹਣਾ ਲੱਗਦਾ ਬਾਕੀ ਤੁਸੀਂ ਆਪਣੀ ਚੋਇਸ ਦੇ ਕਲਰ 'ਤੇ ਵੀ ਬਣਾ ਸਕਦੇ ਹੋ ਪਰ ਇਸ 'ਤੇ ਕਲਰ ਜਿਹੜੇ ਹੈ ਨਾ ਬਹੁਤ ਸੋਹਣੇ ਲੱਗਦੇ ਆ ਜਿਹੜੇ ਪਿਸਤਾ ਗ੍ਰੀਨ ਕਲਰ ਹੈ ਜਾਂ ਪੀਚ ਡਾਰਕ ਹੌਟ ਪਿੰਕ ਇਹ ਕਲਰ ਇਹ ਉੱਠ ਕੇ ਆ ਰਹੇ ਨੇ ਇਸ ਨੂੰ ਬਹੁਤ ਸੋਹਣਾ ਲੱਗ ਰਿਹਾ ਹੈਗਾ ਠੀਕ ਹੈ ਜੀ ਤੁਸੀਂ ਇਹ ਰੈਡੀ ਕਰਾ ਸਕਦੇ ਹੋ ਕਰੇਪ 'ਤੇ ਬਣਿਆ ਹੋਇਆ ਸੂਟ ਹੈ ਪਿਓਰ ਔਰਗੈਂਜ਼ਾ ਦਾ ਦੁਪੱਟਾ ਤੁਸੀਂ ਆਪਣੇ ਅਕੋਰਡਿੰਗ ਚਲਾਉਣ ਦਾ ਵੀ ਬਣਾ ਸਕਦੇ ਠੀਕ ਹੈ ਜੀ
ਤੁਸੀਂ ਆਪਣੇ ਅਕੋਰਡਿੰਗ ਜੋ ਵੀ ਕਲਰ ਲਾਉਣਾ ਚਾਹੁੰਦੇ ਹੋ ਉਹ ਸਾਨੂੰ ਦੱਸ ਸਕਦੇ ਹੋ, ਪਰ ਐਜ਼ ਇਟ ਇਜ਼ ਬਣਿਆ ਬਹੁਤ ਸੋਹਣਾ ਹੈ। ਠੀਕ ਹੈ ਜੀ, ਇੱਕ ਸੂਟ ਹੈਗਾ ਆਈਵਰੀ ਸ਼ੇਡ ਦੇ ਵਿੱਚ, ਇਹ ਵੀ ਬਹੁਤ ਪਿਆਰਾ ਆ। ਠੀਕ ਹੈ ਜੀ, ਬਹੁਤ ਸੋਹਣੀ ਹੈਗੀ ਹੈ ਜੀ। ਠੀਕ ਹੈ, ਲਟਕਣ ਲੱਗੇ ਇਹਨੂੰ, ਇਹ ਗਲਾ ਦਿੱਤਾ ਆ। ਠੀਕ ਹੈ ਜੀ, ਸਾਰੇ 'ਚ ਬੂਟੀਆਂ ਨੇਗੀਆਂ, ਘੇਰਾ ਹੈ ਇਹਦਾ। ਠੀਕ ਹੈ ਜੀ, ਸਲੀਵਸ 'ਤੇ ਵਰਕ ਹੈ, ਪਰਲ ਸਾਰਾ ਦੇਖੋ, ਪਰਲ ਵਰਕ ਹੈ, ਦਬਕੇ ਦਾ ਕੰਮ ਹੈ, ਸਾਰਾ ਕੰਮ ਮਿਕਸ ਕੀਤਾ ਹੋਇਆ, ਬਹੁਤ ਸੋਹਣੀ ਲੁੱਕ ਹੈ ਜੀ। ਠੀਕ ਹੈ ਜੀ, ਇਹਦੇ ਨਾਲ ਅਸੀਂ ਕਲੀਆਂ ਵਾਲਾ ਸ਼ਰਾਰਾ ਰੱਖਿਆ ਆ। ਠੀਕ ਹੈ, ਇਹਦੇ ਨਾਲ ਅਸੀਂ ਕਲੀਆਂ ਵਾਲਾ ਸ਼ਰਾਰਾ ਰੱਖਿਆ। ਠੀਕ ਹੈ, ਦੁਪੱਟੇ ਨੂੰ ਬੜੀ ਸੋਹਣੀ ਕਿਰਨ ਲੇਸ ਲਗਾਈ ਹੈ ਨਾਲ ਹੀ, ਬਹੁਤ ਪਿਆਰੀ ਲੁੱਕ ਆ ਰਹੀ ਹੈ, ਬਹੁਤ ਹੀ ਸੋਹਣੀ ਲੁੱਕ, ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਹੈਗਾ। ਤੁਸੀਂ ਔਡਰ ਕਰਕੇ ਸਾਡੇ ਤੋਂ ਰੈਡੀ ਕਰਾ ਸਕਦੇ, ਗਰਲਿਸ਼ ਜਿਵੇਂ ਯੰਗ ਏਜ ਕੁੜੀਆਂ ਲਈ ਸਭ ਤੋਂ ਸੋਹਣਾ ਸੂਟ ਹੈ, ਤੁਸੀਂ ਬਣਾ ਸਕਦੇ ਹੋ ਯੰਗ ਏਜ ਦੇ ਲੜਕੇ ਲਈ, ਬਹੁਤ ਪਿਆਰੀ ਲੁੱਕ ਹੈ ਜੀ। ਠੀਕ ਹੈ ਜੀ, ਇਹ ਆਈਵਰੀ ਸ਼ੇਡ 'ਤੇ ਬਣਿਆ ਹੋਇਆ, ਤੁਸੀਂ ਕਿਸੇ ਵੀ ਕਲਰ 'ਤੇ ਬਣਾ ਸਕਦੇ ਹੋ। ਇਹਨੂੰ ਅਸੀਂ ਗੋਲਡਨ ਹੀ ਫਿਨਿਸ਼ਿੰਗ ਦੇ ਕੇ ਬਣਾਇਆ ਹੈਗਾ, ਨਾਲ ਫੋਰ ਸਾਈਡ ਗੋਲਡਨ ਫਿਨਿਸ਼ਿੰਗ ਦਿੱਤੀ ਹੈ ਜੀ। ਕਰੇਪ 'ਤੇ ਬਣਿਆ ਹੋਇਆ ਹੈਗਾ ਸ਼ਰਾਰਾ ਸੂਟ, ਨਾਲ ਵਿਸਕੋਸ ਔਰਗੈਂਜ਼ਾ ਦਾ ਦੁਪੱਟਾ ਆ, ਨਾਲ ਕਿਰਨ ਲੈਸ 'ਤੇ ਫਿਨਿਸ਼ਿੰਗ ਦਿੱਤੀ ਹੈ। ਠੀਕ ਹੈ ਜੀ, ਹੈਗਾ ਇਹ ਪ੍ਰੋਪਰ ਰੋਇਲ ਬਲੂ ਨਹੀਂ ਕਹਿ ਸਕਦੇ ਆਪਾਂ, ਨੂੰ ਥੋੜ੍ਹਾ ਜਿਹਾ ਡਿਫਰੈਂਟ ਜਿਹਾ ਬਲੂ ਹੈ। ਠੀਕ ਹੈ ਜੀ, ਹੋਰ ਪੰਖਿਆ ਬਲੂ ਹੈ। ਠੀਕ ਹੈ, ਬਹੁਤ ਸੋਹਣਾ ਹੈ, ਇਹ ਪਿਓਰ 'ਤੇ ਬਣਿਆ ਕਿਉਂਕਿ ਇਹ ਕਲਰ ਸ਼ੇਡ ਪਿਓਰ 'ਤੇ ਹੀ ਬਣਦਾ ਆ। ਠੀਕ ਹੈ ਜੀ, ਬਹੁਤ ਸੋਹਣਾ ਸੂਟ ਬਣਿਆ ਹੋਇਆ, ਨੈੱਕ ਬਣਿਆ, ਕਲੀਆਂ ਵੀ ਦਿੱਤੀਆਂ ਨੇ, ਉਹਨਾਂ ਨੂੰ ਹਾਈਲਾਈਟ ਕੀਤਾ ਆ, ਅਤੇ ਇੱਥੇ ਪਿਓਰ ਟਿਸ਼ੂ ਦਾ ਪੈਚ ਲੱਗ ਕੇ ਵਰਕ ਕੀਤਾ ਹੋਇਆ, ਪਿਓਰ ਟਿਸ਼ੂ ਦਾ ਪੈਚ ਲਗਾ ਕੇ ਅਸੀਂ ਵਰਕ ਕੀਤਾ ਹੋਇਆ ਤਾਂ ਕਿ ਇਹਦੀ ਲੁੱਕ ਡਿਫਰੈਂਟ ਆ ਸਕੇ, ਅਤੇ ਬਹੁਤ ਹੀ ਪਿਆਰਾ ਡਿਜ਼ਾਇਨ ਬਣਿਆ, ਪੈਚ ਲੱਗ ਕੇ ਟਿਸ਼ੂ ਦਾ ਬਹੁਤ ਹੀ ਸੋਹਣਾ, ਸਲੀਵਸ ਵੀ ਇਹਦੀਆਂ ਬਿਲਕੁਲ ਡਿਫਰੈਂਟ ਨੇ। ਆਹ ਦੇਖਿਓ ਜੀ, ਇੱਦਾਂ ਪਹਿਲਾਂ ਅਸੀਂ ਸਾਰੀ ਇਹਨੂੰ ਬਾਰਡਰ ਦਿੱਤੀ ਹੈ ਸਲੀਵਸ 'ਤੇ, ਐਂਡ ਦੈਨ ਵਰਕ ਹੈ, ਇਸ ਸਟਾਈਲ ਨਾਲ ਵਰਕ ਹੈ, ਸਟਾਈਲਿਸ਼ ਆ ਵਰਕ ਆ ਗਿਆ, ਉੱਪਰ ਬੂਟੀ ਆ ਗਈ ਜੀ, ਬਹੁਤ ਸੋਹਣਾ ਲੱਗ ਰਿਹਾ ਬਣਿਆ ਹੋਇਆ, ਡਿਫਰੈਂਟ ਜਿਹਾ ਰੋਇਲ ਬਲੂ ਹੈ, ਮੋਰ ਪੰਖਿਆ ਜਿਹਾ ਬਲੂ, ਅਤੇ ਗੋਲਡਨ ਫਿਨਿਸ਼ਿੰਗ ਦਿੱਤੀ ਹੈ ਫੋਰ ਸਾਈਡ। ਠੀਕ ਹੈ ਜੀ, ਅਤੇ ਇਹਦੇ ਸਲਵਾਰ ਵੀ ਬਹੁਤ ਸੋਹਣੀ ਬਣੀ ਹੈ, ਸਿਰਫ ਬਾਰਡਰ ਨਹੀਂ ਦਿੱਤਾ ਹੈਗਾ, ਬਹੁਤ ਪਿਆਰੀ ਸਲਵਾਰ ਬਣੀ ਹੋਈ ਹੈ, ਬਹੁਤ ਪਿਆਰਾ, ਬਹੁਤ ਹੀ ਸੋਹਣਾ ਲੁੱਕ, ਬਹੁਤ ਸੋਹਣੀ ਲੁੱਕ ਹੈ ਇਹਦੀ, ਦੇਖੋ ਸਲਵਾਰ ਦੀ ਨਾਲੇ ਲਾਈਟ ਵੇਟ ਹੈ, ਅਤੇ ਬਹੁਤ ਸੋਹਣੀ ਲੱਗ ਰਹੀ ਹੈ ਬਣੀ ਹੋਈ, ਪਾਕਿਸਤਾਨੀ ਸਟੇਟ ਸਲਵਾਰ ਹੈ। ਠੀਕ ਹੈ ਜੀ, ਦੁਪੱਟਾ ਵੀ, ਦੁਪੱਟੇ 'ਤੇ ਵੀ ਅਸੀਂ ਟਿਸ਼ੂ ਲਗਾ ਕੇ, ਠੀਕ ਹੈ, ਟਿਸ਼ੂ ਲਗਾ ਕੇ ਬਾਰਡਰ ਦਿੱਤਾ ਆ। ਠੀਕ ਹੈ ਜੀ, ਟਿਸ਼ੂ ਲਗਾਇਆ ਨਾਲ, ਪਿਓਰ ਟਿਸ਼ੂ ਲੱਗਿਆ ਹੋਇਆ ਉੱਪਰ। ਠੀਕ ਹੈ ਜੀ, ਸਾਰੇ ਦੇ ਵਿੱਚ ਜਾਲਾ, ਬਹੁਤ ਹੀ ਪਿਆਰੀ ਲੁੱਕ ਹੈ, ਜਿਨ੍ਹਾਂ ਨੇ ਆਪਣੇ ਘਰ ਦੇ ਫੰਕਸ਼ਨ ਲਈ ਬਣਾਉਣਾ, ਬਹੁਤ ਹੀ ਸੋਹਣਾ ਡਿਜ਼ਾਇਨ ਹੈ, ਤੁਸੀਂ ਰੈੱਡ ਬਲੂ ਪਿੰਕ ਐਨੀ ਕਲਰ 'ਤੇ, ਗ੍ਰੀਨ 'ਤੇ ਵੀ ਬਣਾ ਸਕਦੇ ਹੋ, ਬਹੁਤ ਹੀ ਸੋਹਣਾ ਸੂਟ ਬਣਿਆ ਹੋਇਆ ਹੈਗਾ, ਆਰਡਰਸ ਕਰ ਸਕਦੇ ਹੋ ਸਾਨੂੰ ਔਨਲਾਈਨ ਔਰਡਰ ਕਰਕੇ ਐਨੀ ਕਲਰ 'ਤੇ, ਬਟ ਇਹ ਪਿਓਰ 'ਤੇ ਬਣਿਆ ਹੈ, ਕਲਰ ਇਹ ਕਲਰ ਬਣਾਉਣਾ ਤਾਂ ਪਿਓਰ 'ਤੇ ਹੀ ਬਣੂਗਾ, ਸੇਮ ਕਲਰ ਕੋਂਬੀਨੇਸ਼ਨ ਤੁਸੀਂ ਬਣਾ ਸਕਦੇ ਹੋਗੇ, ਕਲਰ ਇਹਦੇ ਨਾਲ ਟਿਸ਼ੂ ਦਾ ਪੈਚ ਲੱਗ ਕੇ ਇਹਨੂੰ ਫੋਰ ਸਾਈਡ ਅਸੀਂ ਕਿਰਨ ਲੇਸ ਦਿੱਤੀ ਹੈ। ਠੀਕ ਹੈ ਜੀ, ਇਹਦੀ ਲੁੱਕ ਨਾ, ਇਹਦੇ ਨਾਲ ਥੋੜ੍ਹਾ ਜਿਹਾ ਟਰੈਂਡ ਦੇ ਵਿੱਚ ਹੈ ਅੱਜ ਕੱਲ੍ਹ, ਕਿਰਨ ਦੇ ਨਾਲ ਥੋੜ੍ਹਾ ਇਹ ਪੰਖੜੀ ਗੋਟਾ ਆ ਗਿਆ। ਠੀਕ ਹੈ ਜੀ, ਇਹ ਅੱਜ ਕੱਲ੍ਹ ਟਰੈਂਡ ਦੇ ਵਿੱਚ ਹੈ। ਠੀਕ ਹੈ ਜੀ, ਬਹੁਤ ਸੋਹਣੀ ਲੁੱਕ ਹੈ ਇਹਦੀ, ਸਾਰੇ ਸੂਟ ਦੀ ਆਲ ਓਵਰ ਤੁਸੀਂ ਆਪਣੇ ਘਰ ਦੇ ਫੰਕਸ਼ਨ ਲਈ, ਪਾਰਟੀ ਲਈ, ਫੰਕਸ਼ਨ ਲਈ, ਹੈ ਨਾ, ਕਿਸੇ ਲਈ ਵੀ ਬਣਾ ਸਕਦੇ ਹੋਗੇ। ਠੀਕ ਹੈ, ਅਗਰ ਜਾਗੋ ਵਗੈਰਾ ਲਈ ਵੀ ਬਣਾਉਣਾ ਤਾਂ ਵੀ ਇਹ ਸੂਟ ਬਹੁਤ ਸੋਹਣਾ, ਅਗਰ ਤੁਸੀਂ ਸ਼ਰਾਰਾ ਵਗੈਰਾ ਬਣਾਉਣਾ ਚਾਹੁੰਦੇ ਹੋ ਇਹਦੇ ਨਾਲ, ਤਾਂ ਇਹਦੇ ਨਾਲ ਆਪਾਂ ਸ਼ਰਾਰੇ 'ਤੇ ਇੱਦਾਂ ਵਰਕ, ਜਿੱਦਾਂ ਸਲਵਾਰ 'ਤੇ ਦਿੱਤਾ ਉੱਦਾਂ ਹੀ ਸ਼ਰਾਰੇ 'ਤੇ ਵਰਕ ਕਰਕੇ ਆਪਾਂ ਇਹਨੂੰ ਰੈਡੀ ਕਰ ਸਕਦੇ ਹਾਂ। ਠੀਕ ਹੈ ਜੀ, ਇੱਕ ਸੂਟ ਅਸੀਂ ਇਹ ਦਿੱਤਾ ਹੈ, ਇਹ ਸੀ ਗ੍ਰੀਨ ਕਲਰ 'ਤੇ ਵਿੱਚ ਬਣਾਇਆ, ਕਿਉਂਕਿ ਇਹ ਵੀ ਬਹੁਤ ਸੋਹਣਾ ਕਲਰ ਕੋਂਬੀਨੇਸ਼ਨ ਹੈ। ਠੀਕ ਹੈ ਜੀ, ਇਸਦਾ ਕਲਰ ਕੋਂਬੀਨੇਸ਼ਨ ਬਹੁਤ ਹੀ ਪਿਆਰਾ ਬਣਿਆ ਹੋਇਆ, ਇਹ ਦੇਖੋ ਜੀ, ਬਹੁਤ ਸੋਹਣਾ,
बहुत प्यारी लुक है जी। नैक बने नैक दे सारा नैक है भी नैक स्टाइल बनया हुआ ये असी कलर दिता है ऑरेंज रस्ट ऑरेंज कलर ठीक है जी रस्ट ऑरेंज कलर ते गला बनया नीचे तक कलियां जांदियां ने विच असी सारे दे बूटी कीती है घेरा बनया घेरे दे नाल असी बूटा दिता बहुत सोहनी लुक आंदी है जी ठीक है जी डिफरेंट जिहा लुक आ गया घेरा भी बन गया बूटा भी बन गया कलियां भी बन गया नैक भी बन गया इहदे विच असी गले इह बाजू ते वर्क किया है नाल हल्का बूटा दिता है उपर ठीक है जी उपर बूटा दिता है दोनों साइड्स से जिथे आप जॉइंट होंगे शोल्डर उत्थे बूटा आ गया नीचे असी वर्क आ गया बिच बूटे भी आ गए जी ठीक है। ये सी ग्रीन कलर है इनू असी ऑरेंज रस्ट कलर की फिनिशिंग दी है ठीक है जी। तो नाल ये सलवार से वर्क है जी ये डिफरेंट स्टाइल है सलवार से वर्क का बहुत ही प्यारा बहुत सोहना हैवी सलवार बहुत सोहनी बहुत प्रिटी लुक आ रही है जी देखो नाल रस्ट ऑरेंज कलर नाल ये लुक डिफरेंट आ गई है ठीक है जी। ये असी रस्ट ऑरेंज कॉम्बीनेशन दुपट्टा दिता है ठीक है जी नाल चंपा लेस ला के थोड़ी वड्डी वाली चंपा लेस लगा के थोड़ी ग्रेसफुल जहा बन जाता तो फिनिशिंग पट्टी असी सी ग्रीन की दिती है जी ऑरेंज कलर कॉम्बीनेशन एंड सी ग्रीन की फिनिशिंग पट्टी दिती है तो लुक ये बहुत सोहनी आ रही है कलर कॉम्बीनेशन बहुत सोहना लग रहा है ठीक है जी बहुत ही सोहना तुसी ऑन ऑर्डर पर किसी भी कलर कॉम्बीनेशन च बना सकते हो बट एज इट इज़ बने भी बहुत सोहना है कलर कॉम्बीनेशन ऑरेंज एंड सी ग्रीन रस्टी जो ऑरेंज है बहुत प्यारा लुक बहुत सोहनी है लुक बहुत सोहनी है कलर कॉम्बीनेशन भी बहुत सोहना लगे हुआ है जी ठीक है जी। इन सूटों को ऑर्डर करने नंबर हैगा 9478629331 इस नंबर पर मैसेज करके तुसी प्राइज लै सकते हो दैन ऑर्डर कर सकते हो जी। सानू कमेंट करके जरूर दस्या करो तो चैनल सबसक्राइब कर लो ताकि सानू हर वीडियो की नोटिफिकेशन आ सके ते वीडियो नू शेयर वध तो वध करे करो कि सारे साडे सूट देख सकन। ओके जी थैंक यू बाय बाय।